ਭਾਰਤ ਸਰਕਾਰ ਵੱਲੋਂ ਐਸਸੀ ਐਸਟੀ ਐਕਟ ਕੀਤੀ ਜਾ ਰਹੀ ਛੇੜਛਾੜ ਦੇ ਰੋਸ ਵਜੋਂ ਅੰਮ੍ਰਿਤਸਰ ਦੇ ਸ਼ਹਿਰਤਾ ਚੌਂਕ ਵਿਖੇ ਵੱਖ ਵੱਖ ਜਥੇਬੰਦੀਆਂ ਦੀਆਂ ਗੁਰੂ ਗਿਆਨ ਨਾਥ ਦੇ ਕੌਮੀ ਚੇਅਰਮੈਨ ਕੌਮੀ ਵੀਰ ਨਿਸ਼ਤਰ ਨਾਥ ਅਤੇ ਮਨਜੀਤ ਸਿੰਘ ਦੀ ਅਗਵਾਈ ਚ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਦਲਿਤ ਭਾਈਚਾਰੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਵੱਡੀ ਗਿਣਤੀ ਚ ਇਕੱਤਰ ਹੋਏ ਲੋਕਾਂ ਵੱਲੋਂ ਕਸਬੇ ਦੀਆਂ ਚੌਹਾਂ ਸੜਕਾਂ ਤੇ ਰੋਸ ਮਾਰਚ ਕਰਕੇ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਸ ਮੌਕੇ ਮਾਹੌਲ ਨੂੰ ਸ਼ਾਂਤੀਮਈ ਬਣਾਈ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਅੰਮ੍ਰਿਤਸਰ ਦੇ ਹਾਲ ਗੇਟ ਨਜ਼ਦੀਕ ਵੱਡੀ ਗਿਣਤੀ ਚ ਦਲਿਤ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਅਤੇ ਪ੍ਰਦਰਸ਼ਨ ਕਰਕੇ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤੀ। ਭਾਰਤ ਬੰਦ ਦੇ ਸੱਦੇ ਕਾਰਨ ਅੰਮ੍ਰਿਤਸਰ ਸੜਕਾਂ ਤੇ ਸੰਨਾਟਾ ਪਸਰ ਗਿਆ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਹਾਲਾਤ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ ਅਤੇ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ। ਸਵਿਧਾਨ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਅਤੇ ਇਹ ਚੀਜ਼ ਦਾ ਸਾਰੇ ਵਿਰੋਧ ਕਰਦੇ ਹਾਂ ਅਤੇ ਸਾਧ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਅੱਗੇ ਤੋਂ ਵੀ ਜੇ ਇਸ ਤਰੀਕੇ ਨਾਲ ਛੇੜਛਾੜ ਕੀਤੀ ਜਾਵੇ ਇਹ ਤਾਂ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ। ਜਿਹੜਾ ਵਾਲਮੀਕ ਸਮਾਜ ਆ ਉਹ ਕਤਾ ਚੇਤ ਵੀ ਜਿਹੜਾ ਸੰਵਿਧਾਨ ਨਾਲ ਛੇੜਛਾੜ ਬਰਦਾਸ਼ਤ ਨਹੀਂ ਕਰੂਗਾ, ਐਸਸੀ ਐਕਟ ਨਾਲ ਜਿਹੜਾ ਉਹ ਛੇੜਛਾੜ ਬਰਦਾਸ਼ਤ ਨਹੀਂ ਕਰੂ। ਜੋ ਸੁਪਰੀਮ ਕੋਰਟ ਨੇ ਦਲਿਤਾਂ ਵਾਸਤੇ ਜੋ ਗਲਤ ਫੈਸਲਾ ਲਿਆ ਆ ਵਾਲਮੀਕ ਰਵਿਦਾਸ ਭਾਈਚਾਰੇ ਨੇ ਇਹ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ, ਇਹ ਸਾਡੇ ਸਮਾਜ ਦੀ ਅੱਖਾਂ ਦੀ ਹਾਕੀ ਦੇ ਵਾਸਤੇ ਇਹ ਪ੍ਰਦਰਸ਼ਨ ਕੀਤਾ ਗਿਆ। ਅੱਜ ਜਿਹੜਾ ਦਲਿਤ ਪਰਿਵਾਰ ਕਬੀਰ ਭਾਈਚਾਰਾ ਰਵਿਦਾਸ ਭਾਈਚਾਰਾ ਸੜਕਾਂ 'ਤੇ ਉਤਰਿਆ ਇਹ ਆਪਣੀ ਸਮਾਜ ਦੀ ਰਾਖੀ, ਆਪਣੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਲਿਖੇ ਸੰਵਿਧਾਨ ਦੀ ਰਾਖੀ, ਤਨ ਮਨ ਧਨ ਅਤੇ ਖੂਨ ਦੇ ਇੱਕ ਇੱਕ ਖਤਰੇ ਨਾਲ ਦੇਵੇਗਾ। ਆਪਣਾ ਸਮਾਜ ਇਸ ਸੰਵਿਧਾਨ ਨੂੰ ਕਦੇ ਵੀ ਗਲਤ ਨਹੀਂ ਸਾਬਤ ਹੋ ਸਕਦਾ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਅੰਮ੍ਰਿਤਸਰ ਤੋਂ ਸਨੀ ਸਮੁੰਦਰ, ਰਿਪੋਰਟ ਚੈਨਲ 2।